ਫੋਰਡ ਕੰਪਨੀ ਨੂੰ ਖੜਾ ਕਰਨ ਵਾਲੇ ਹੈਨਰੀ ਫੋਰਡ ਦਾ ਕਹਿਣਾ ਸੀ ਕਿ ਜੇ ਤੁਸੀਂ ਮੰਨਦੇ ਹੋ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਮੰਨਦੇ ਹੋ ਤੁਸੀਂ ਨਹੀਂ ਕਰ ਸਕਦੇ, ਦੋਨੋਂ ਹੀ ਜਗ੍ਹਾ 'ਤੇ ਤੁਸੀਂ ਸਹੀ ਹੋ। ਚਲੋ ਮੈਂ ਇਸਨੂੰ ਐਕਸਪਲੇਨ ਕਰਦਾ। ਮੰਨ ਲਓ ਕੋਈ ਕੰਮ ਕਰਦੇ ਸਮੇਂ ਤੁਸੀਂ ਇਹ ਤੈਅ ਕਰ ਲਿਆ ਹੈ ਕਿ ਤੁਸੀਂ ਉਹ ਕੰਮ ਆਸਾਨੀ ਨਾਲ ਕਰ ਸਕਦੇ ਹੋ, ਤਾਂ ਤੁਸੀਂ ਉਸ ਕੰਮ ਨੂੰ ਆਪਣੀ ਪੂਰੀ ਜੀ ਜਾਨ ਨਾਲ ਕੋਸ਼ਿਸ਼ ਲਾ ਕੇ ਕਰੋਗੇ ਅਤੇ ਤੁਹਾਡਾ ਮੋਟੀਵੇਸ਼ਨ ਲੈਵਲ ਵੀ ਬਹੁਤ ਜ਼ਿਆਦਾ ਹਾਈ ਰਹੂਗਾ। ਅਤੇ ਜੇ ਉਸ ਕੰਮ ਨੂੰ ਕਰਦੇ ਸਮੇਂ ਕੋਈ ਪ੍ਰੋਬਲਮ ਵੀ ਆ ਜਾਂਦੀ ਹੈ ਤਾਂ ਆਪਣੀ ਸੋਚ ਦੇ ਕਾਰਨ ਤੁਸੀਂ ਉਸ ਪ੍ਰੋਬਲਮ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਲਓਗੇ ਅਤੇ ਅੰਤ ਵਿੱਚ ਸਫਲ ਵੀ ਹੋ ਜਾਓਗੇ। ਪਰ ਜੇ ਕੰਮ ਨੂੰ ਸ਼ੁਰੂ ਕਰਦੇ ਸਮੇਂ ਤੁਹਾਡੀ ਸੋਚ ਹੀ ਇਹ ਹੈ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤਾਂ ਤੁਸੀਂ ਕੰਮ ਨੂੰ ਪੂਰੀ ਨਿਰਾਸ਼ਾ ਨਾਲ ਕਰੋਗੇ ਅਤੇ ਤੁਹਾਡਾ ਕੰਮ ਵਿੱਚ ਮਨ ਵੀ ਨਹੀਂ ਲੱਗੂਗਾ ਅਤੇ ਮੋਟੀਵੇਸ਼ਨ ਅਤੇ ਐਨਰਜੀ ਲੈਵਲ ਵੀ ਬਹੁਤ ਜ਼ਿਆਦਾ ਲੋਅ ਰਹੂਗਾ। ਅਤੇ ਜੇ ਕੰਮ ਨੂੰ ਕਰਦੇ ਸਮੇਂ ਕੋਈ ਛੋਟੀ ਜਿਹੀ ਪ੍ਰੋਬਲਮ ਵੀ ਆਉਂਦੀ ਹੈ ਤਾਂ ਤੁਸੀਂ ਬਹੁਤ ਜਲਦੀ ਘਬਰਾ ਕੇ ਮੈਦਾਨ ਛੱਡ ਦਿਓਗੇ। ਇਸ ਲਈ ਅਗਲੀ ਵਾਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰ ਯਾਦ ਰੱਖਿਓ ਕਿ ਕੰਮ ਵਿੱਚ ਸਫਲ ਹੋਣਾ ਜਾਂ ਨਾ ਹੋਣਾ ਸਿਰਫ ਤੁਹਾਡੀ ਸੋਚ 'ਤੇ ਡਿਪੈਂਡ ਕਰਦਾ ਹੈ। ਜੇ ਤੁਸੀਂ ਮੰਨਦੇ ਹੋ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਜ਼ਰੂਰ ਸਫਲ ਹੋਵੋਗੇ, ਅਤੇ ਜੇ ਤੁਸੀਂ ਮੰਨਦੇ ਹੋ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਸਫਲ ਨਹੀਂ ਹੋ ਸਕਦੇ। ਤੁਹਾਡੇ ਹਰ ਦਿਨ ਦੀ ਸ਼ੁਰੂਆਤ ਸ਼ਾਨਦਾਰ ਕਰਾਉਣ ਲਈ ਡੇਲੀ ਮਾਰਨਿੰਗ ਵਿੱਚ ਇਸ ਤਰ੍ਹਾਂ ਦਾ 1 ਮਿੰਟ ਦਾ ਕੁਇਕ ਮੋਟੀਵੇਸ਼ਨਲ ਅਤੇ ਵਿਜ਼ਡਮ ਵੀਡੀਓ ਇਸ ਚੈਨਲ 'ਤੇ ਅਪਲੋਡ ਹੋਇਆ ਕਰੂਗਾ। ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਨਾ ਨਾ ਭੁੱਲਿਓ ਜਨਾਬ, ਅਤੇ ਡੇਲੀ ਮਾਰਨਿੰਗ ਵਿੱਚ ਇਸ ਤਰ੍ਹਾਂ ਦੇ ਲਾਈਫ ਚੇਂਜਿੰਗ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕੋਨ ਜ਼ਰੂਰ ਪ੍ਰੈਸ ਕਰ ਦਿਓ, ਕਿਉਂਕਿ ਲਾਈਫ ਚੇਂਜ ਕਰਨ ਲਈ ਤਾਂ ਇੱਕ ਵਿਚਾਰ ਹੀ ਬਹੁਤ ਹੁੰਦਾ ਹੈ ਅਤੇ ਕੀ ਪਤਾ ਕਿਹੜਾ ਵੀਡੀਓ ਤੁਹਾਡੀ ਪੂਰੀ ਲਾਈਫ ਚੇਂਜ ਕਰ ਦੇ। ਬਾਏ ਐਂਡ ਹੈਵ ਏ ਪ੍ਰੋਡਕਟਿਵ ਡੇ।